ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਵਨ ਸਿੰਘ ਹਾਜ਼ਰ ਹਾਂ ਮਾਈ ਟੀ ਵੀ ਦੇ ਸਟੂਡੀਓ ਤੋਂ, ਅਤੇ ਅੱਜ ਮੇਰੇ ਨਾਲ ਬੈਠੇ ਨੇ ਸਰਦਾਰ ਅਗਿਆਪਾਲ ਸਿੰਘ ਜੀ ਬਾਠ, ਜੋ ਕਿ ਆਪਣਾ ਟੀ ਵੀ ਸ਼ੋਅ ਡੀ ਸੀ ਨਾਈਟਸ ਵਿਦ ਪੌਲ ਬੈਠ ਹਰ ਫਰਾਈਡੇ ਨੂੰ ਸ਼ਾਮ ਦੇ 7 ਵਜੇ ਲੈ ਕੇ ਆਏ ਸੰਗਤਾਂ ਦੇ ਰੂਬਰੂ ਹੁੰਦੇ ਨੇ। ਅਤੇ ਅੱਜ ਮੈਨੂੰ ਮੌਕਾ ਮਿਲਿਆ ਹੈ ਇੱਥੇ ਬਤੌਰ ਇੱਕ ਹੋਸਟ ਹੋ ਕੇ ਪੇਸ਼ ਹੋਣ ਦਾ। ਅਕਸਰਕਾਰ ਮੈਂ ਇਸੇ ਹੀ ਕੁਰਸੀ ਦੇ ਵਿੱਚ ਬੈਠਾ ਹੁੰਦਾ, ਪਰ ਜੋ ਮੇਰਾ ਰੋਲ ਹੁੰਦਾ ਹੈ ਉਹ ਇੱਕ ਗੈਸਟ ਦਾ ਹੁੰਦਾ ਹੈ, ਜੋ ਅੱਜ ਅਸੀਂ ਰੋਲ ਰਿਵਰਸਲ ਪਲੇਅ ਕਰ ਰਹੇ ਹਾਂ। ਔਰ ਇਸ ਦਾ ਵੱਡਾ ਕਾਰਨ ਵੀ ਬਾਠ ਅੰਕਲ ਜੀ ਹੁਣਾਂ ਦੇ ਨਾਲ ਬੈਠ ਕੇ ਇਹਨਾਂ ਦੇ ਪ੍ਰੋਗਰਾਮਾਂ ਨੂੰ ਵੇਖਣ ਦਾ, ਇਹਨਾਂ ਦੇ ਨਾਲ ਜੋ ਵਿਚਾਰ ਵਟਾਂਦਰੇ ਹੋਏ ਉਹਦੇ ਨਾਲ ਇੱਕ ਜੋ ਸਿੱਖਣ ਨੂੰ ਚੀਜ਼ ਮਿਲੀ ਹੈ ਕਿ ਦੇਅਰ ਇਜ਼ ਸੋ ਮੱਚ ਦੈਟ ਵੀ ਕੈਨ ਡੂ ਥਰੂ ਮੀਡੀਆ ਟੂ ਸਰਵ ਆਰ ਕਮਿਊਨਿਟੀ। ਦੇਅਰ ਆਰ ਲੋਟ ਆਫ ਗੈਪਸ ਦੈਟ ਦ ਮੀਡੀਆ ਦੈਟ ਮਾਈ ਸ਼ੋ ਮਾਈ ਲਾਈਫ ਕੈਨ ਫਿਲ। ਦੈਟ ਵਿਲ ਬੀ ਦ ਟਾਈਟਲ ਆਫ ਆਰ ਨੈਕਸਟ ਸ਼ੋ, ਜੋ ਮੈਂ ਸ਼ੋ ਆਪ ਜੀ ਦੇ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋ ਰਿਹਾ ਬਹੁਤ ਜਲਦ ਹੀ। ਉਸਦਾ ਟਾਈਟਲ ਹੈ ਮਾਈ ਸ਼ੋ ਮਾਈ ਲਾਈਫ। ਅਤੇ ਇਸ ਦੇ ਨਾਲ ਹੀ ਅਸੀਂ ਅੱਗੇ ਵੱਧਦੇ ਹਾਂ। ਸਰਦਾਰ ਅਗਿਆਪਾਲ ਸਿੰਘ ਜੀ ਬਾਠ ਹੋਣਾ ਦੀ ਜ਼ਿੰਦਗੀ 'ਤੇ ਥੋੜ੍ਹਾ ਚਾਨਣਾ ਪਾਉਂਦੇ ਹਾਂ। ਇਹਨਾਂ ਦਾ ਪਿਛੋਕੜ, ਇਹਨਾਂ ਦਾ ਜੋ ਮੀਡੀਆ ਦੇ ਨਾਲ ਰਿਲੇਸ਼ਨਸ਼ਿਪ ਹੈ ਉਸ ਨੂੰ ਲੈ ਕੇ ਅਸੀਂ ਅੱਗੇ ਵੱਧਦੇ ਹਾਂ। ਸੋ ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈ ਉਹ ਮੈਂ ਤੁਹਾਨੂੰ ਸਰਲ ਭਾਸ਼ਾ ਦੇ ਵਿੱਚ ਪੁੱਛਦਾ ਕਿ ਤੁਹਾਨੂੰ ਇਹ ਟੀ ਵੀ ਦਾ ਕੀੜਾ ਕਦੋਂ ਲੱਗਾ ਅਤੇ ਕਿਵੇਂ ਲੱਗਾ? ਪਵਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸਾਰੇ ਵਿਊਜ਼ ਨੂੰ, ਆਪਣਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੇਰੇ ਲਈ ਬੜੇ ਫਖਰ ਦੀ ਗੱਲ ਹੈ ਕਿ ਅੱਜ ਜਦੋਂ ਜ਼ਿੰਦਗੀ ਤੁਹਾਨੂੰ ਤੁਹਾਡੇ ਅਗਲੇ ਪੜਾਅ 'ਚ ਲੈ ਕੇ ਜਾ ਰਹੀ ਹੈ, ਮੀਡੀਆ 'ਚ ਤੁਸੀਂ ਆਪਣਾ ਸ਼ੋਅ ਲੈ ਕੇ ਵਿਊਜ਼ ਦੇ ਕੋਲ ਪਹੁੰਚ ਰਹੇ ਹੋ, ਅਤੇ ਮੈਨੂੰ ਬਤੌਰ ਤੁਸੀਂ ਗੈਸਟ ਸੱਦਿਆ, ਸੋ ਇਟਸ ਐਨ ਆਨਰ ਫੋਰ ਮੀ ਵਿਦ ਇਨ ਇਟਸੈਲਫ। ਥੈਂਕ ਯੂ। ਕਿਉਂਕਿ ਅਸੀਂ ਅਕਸਰ ਇਹ ਕਹਿੰਦੇ ਹੁੰਦੇ ਹਾਂ ਕਿ ਮਾਈ ਟੀ ਵੀ ਦਾ ਇਹ ਉਪਰਾਲਾ ਹੈ ਕਿ ਵੀ ਵਾਂਟ ਆਰ ਯੂਥ ਟੂ ਕਮ, ਸੋ ਗੁੱਡ ਟੂ ਸੀ ਕਿ ਯੂਥ ਨੂੰ ਤੁਸੀਂ ਰੈਪ੍ਰਜੈਂਟ ਕਰਕੇ ਸਾਡੇ ਯੂਥ ਦੇ ਪਹਿਲੇ ਐਂਕਰ ਆਏ ਹੋ, ਸੋ ਮੈਂ ਤੁਹਾਨੂੰ ਵਧਾਈ ਅਤੇ ਨਾਲ ਨਾਲ ਜੀ ਆਇਆਂ ਵੀ ਕਹਿੰਦਾ। ਤੁਹਾਡਾ ਸਵਾਲ ਹੈ ਕਿ ਕੀੜਾ ਕਿੱਥੋਂ ਉੱਠਿਆ? ਹਾਂਜੀ, ਪੀ ਪੀ ਐੱਸ ਨਾਭੇ ਤੋਂ ਅਸੀਂ ਥੋੜ੍ਹੇ ਡਿਬੇਟ, ਸਾਨੂੰ ਟ੍ਰੇਨ ਕਰਾਇਆ ਕੀਤਾ ਜਾਂਦਾ ਸੀ ਕਿ ਪੰਜਾਬੀ, ਹਿੰਦੀ, ਇੰਗਲਿਸ਼ ਡਿਬੇਟ ਕੀਤੇ ਜਾਣ, ਸੋ ਉੱਥੋਂ ਦਾ ਥੋੜ੍ਹਾ ਹੋਇਆ ਸਿੱਖਿਆ। ਇਟ ਸੋ ਹੈਪਨ ਕਿ ਮੈਨੂੰ ਮਿਡਵੈਸਟ 'ਤੇ ਇੱਥੇ ਲੋਕਲ ਮੇਲੇ ਬਹੁਤ ਇਨਡੋਰ ਐਂਡ ਆਊਟਡੋਰ, ਜਿਹਦੇ 'ਚ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਲੋਕ ਪਹੁੰਚਦੇ ਨੇ, ਉਹ ਮੇਲੇ ਦੇ ਉੱਤੇ ਬਤੌਰ ਐੱਮ ਸੀ, ਜਿਹਨੂੰ ਪੰਜਾਬੀ ਸਕੱਤਰ ਕਹਿੰਦੇ ਨੇ, ਸਟੇਜ ਸਕੱਤਰ, ਉਹ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਖਾਸ ਕਰਕੇ ਜਦੋਂ ਮੈਂ ਮਿਡਵੈਸਟ 'ਚ ਕੀਤਾ, ਔਰ ਉੱਥੇ ਮੈਨੂੰ ਸਾਡਾ ਸਾਰਾ ਦਿਨ ਤਾਂ ਅਸੀਂ ਬਿਜ਼ੀ ਹੁੰਦੇ ਹਾਂ, ਵੀ ਡੋਂਟ ਗੈਟ ਟੂ ਇੰਜੋਏ ਇਟ। ਹਾਂਜੀ। ਔਰ ਸ਼ਾਮ ਨੂੰ ਜਦੋਂ ਫਿਰ ਅਸੀਂ ਡਿਨਰ ਕਰਦੇ ਹਾਂ, ਉਦੋਂ ਫਿਰ ਸਾਨੂੰ ਮੌਕਾ ਮਿਲਦਾ, ਜਿਹੜੇ ਲੋਕ ਸੁਣ ਰਹੇ ਹੁੰਦੇ ਸਾਨੂੰ। ਸੋ ਮੈਨੂੰ ਬਾਰ ਬਾਰ ਇੱਕੋ ਗੱਲ ਜਿਹੜੇ ਉਹਨਾਂ ਵੱਲੋਂ ਉਤਸ਼ਾਹਿਤ ਕੀਤਾ ਗਿਆ ਮੈਨੂੰ ਕਿ ਜੀ ਤੁਸੀਂ ਆਪਣਾ ਟੀ ਵੀ ਸ਼ੋਅ ਕਿਉਂ ਨਹੀਂ ਕਰਦੇ, ਤੁਸੀਂ ਆਪਣਾ ਟੀ ਵੀ ਸ਼ੋਅ ਕਰੋ। ਸੋ ਉੱਥੋਂ ਮੈਂ ਕਹਾਂਗਾ ਕਿ ਮੈਨੂੰ ਟੀ ਵੀ ਦੀ ਜਿਹੜੀ ਹੈ ਥੋੜ੍ਹਾ ਮੋਟਾ ਮੇਰੇ ਅੰਦਰ ਜਿਹੜਾ ਜਾਗ ਲੱਗਿਆ ਟੀ ਵੀ ਕਰੋ। ਬਟ ਨਿਊਯਾਰਕ ਮੈਨੂੰ ਇੱਕ ਮੌਕਾ ਮਿਲਿਆ ਸੋਬੀ ਕਿਸੇ ਸ਼ੋਅ ਦੇ ਵਿੱਚ ਬਤੌਰ ਗੈਸਟ ਦਾ, ਅਤੇ ਉਹਦੀ ਮੈਨੂੰ ਬਹੁਤ ਰੈਕੋਗਨੀਸ਼ਨ ਮਿਲੀ। ਬੜੇ ਸੱਜਣ ਮਿੱਤਰ ਦੋਸਤਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਜੀ ਕਿ ਤੁਸੀਂ ਬੜਾ ਨਿਰਪੱਖਤਾ ਦੇ ਨਾਲ ਰੋਲ ਨਿਭਾਇਆ। ਔਰ ਮੈਨੂੰ ਚੇਤੇ ਹੈ ਕਿ ਉਹ ਆਪਣਾ ਸ਼ੋਅ ਸੀਗਾ ਪ੍ਰੋਫੈਸਰ ਪੁੱਲਰ, ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਅਤੇ ਜਿਸ ਦਿਨ ਉਹਨਾਂ ਨੂੰ ਫਾਂਸੀ ਇੰਡੀਆ ਦੀ ਸੁਪਰੀਮ ਕੋਰਟ ਨੇ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਬਦਲੀ, ਤਾਂ ਉਹਦੇ ਬਾਰੇ ਸੀਗਾ। ਸੋ ਉਹਨਾਂ ਨੇ ਕਿਹਾ ਕਿ ਤੁਸੀਂ ਦੋਨੋਂ ਪਹਿਲੂ ਬਹੁਤ ਸੋਹਣੇ ਨਿਭਾਏ ਨੇ, ਉੱਥੋਂ ਇਹ ਮੈਨੂੰ ਤੁਸੀਂ ਕਹਿ ਸਕਦੇ ਹੋ ਕਿ ਉੱਥੋਂ ਹੋਰ ਮੇਰਾ ਜਿਹੜਾ ਜਾਗ ਜਾਂ ਇਹ ਕੀੜਾ ਉਹ ਜਾਗਰ ਹੋਇਆ ਕਿ ਮੈਨੂੰ ਕੁਛ ਕਰਨਾ ਚਾਹੀਦਾ। ਠੀਕ ਹੈ ਜੀ, ਬਟ ਮੇ ਆਈ ਐਡ ਸਮਥਿੰਗ ਐਲਸ ਟੂ ਦਿਸ? ਹਾਂਜੀ, ਜ਼ਰੂਰ। ਹੁਣ ਗੱਲ ਇਹ ਹੈ ਵੀ ਮੈਂ ਵਾਸ਼ਿੰਗਟਨ ਡੀ ਸੀ 'ਚ ਹਾਂ, ਔਰ ਮੈਂ 2 ਸਾਲ ਇੰਤਜ਼ਾਰ ਕੀਤਾ ਕਿ ਸ਼ਾਇਦ ਮੈਨੂੰ ਕੋਈ ਐਸਾ ਮੌਕਾ ਮਿਲੇ ਕਿ ਮੈਂ ਆਪਣੇ ਘਰ ਬੈਠਾ ਕੋਈ ਸ਼ੋਅ ਕਰ ਸਕਾਂ, ਪਰ ਜਦੋਂ ਅਖੀਰ ਦੇਖਿਆ ਕਿ ਨਹੀਂ ਹੋ ਸਕਦਾ, ਤਾਂ ਫਿਰ ਉਹਦਾ ਨਤੀਜ਼ਾ ਇਹ ਹੈ ਕਿ ਅੱਜ ਦੁਨੀਆ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਤੋਂ ਆਪਣਾ ਟੀ ਵੀ, ਆਪਣਾ ਚੈਨਲ, ਆਪਣਾ ਸ਼ੋਅ ਸਾਰੇ ਸਰੋਤਿਆਂ ਦੇ ਲਈ ਆਪਾਂ ਲੈ ਕੇ ਪਹੁੰਚਿਆ। ਸੋ ਜਰਨੀ ਮੇਲਿਆਂ ਤੋਂ ਸ਼ੁਰੂ ਹੋਈ ਆ, ਅਤੇ ਜਿਹੜੀ ਇੱਥੇ ਅੱਜ ਮੈਨੂੰ ਲੈ ਕੇ ਰੂਬਰੂ ਕਰ ਰਹੀ ਹੈ ਕੈਮਰੇ ਦੇ ਉੱਤੇ। ਕਿਆ ਬਾਤ ਹੈ। ਹੁਣ ਇਹਦੇ ਨਾਲ ਹੀ ਮੈਂ ਜੁੜਦਾ ਕੁਐਸਚਨ ਜਿਹੜਾ ਅਗਲਾ ਤੁਹਾਨੂੰ ਪੁੱਛਾਂਗਾ ਕਿ ਚਲੋ ਜੋ ਮਨ ਦੇ ਵਿੱਚ ਬੁਲਬਲੇ ਆਉਂਦੇ ਨੇ ਅਤੇ ਫਟਦੇ ਵੀ ਨੇ, ਤੁਹਾਡਾ ਬੁਲਬਲਾ ਟਿਕਿਆ ਉੱਪਰ ਪਾਣੀ ਦੇ ਤੈਰਿਆ, ਤੁਸੀਂ ਇਸ ਸਟੇਜ 'ਤੇ ਪਹੁੰਚ ਚੁੱਕੇ ਹੋ ਕਿ ਜਿੱਥੇ
ਕਹਿ ਲਓ ਕਿ ਸਕਸੈਸ ਜਿਹੜੀ ਆ ਹੁਣ ਤਾਂ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਦੇਖੋ ਹਾਰਡ ਵਰਕ ਤਾਂ ਅਜੇ ਵੀ ਬਹੁਤ ਕਰਨਾ ਜ਼ਰੂਰੀ ਹੈ ਔਰ ਬਾਕੀ ਵੀ ਹੈ, ਪਰ ਇਸ ਦੇ ਨਾਲ ਨਾਲ ਜਿਹੜਾ ਰਿਲੇਟਡ ਕੁਐਸਚਨ ਹੈ ਕਿ ਜਦੋਂ ਉਹ ਬੁਲਬੁਲਾ ਬਣਿਆ, ਕਦੀ ਐਸਾ ਮੌਕਾ ਆਇਆ ਜ਼ਿੰਦਗੀ ਦੇ ਵਿੱਚ ਕਿ ਜਿੱਥੇ ਸਟੇਜ ਤੋਂ ਤੁਹਾਡੀਆਂ ਲੱਤਾਂ ਕੰਬਦੀਆਂ ਹੋਣ? ਬੜੇ, ਨੋ ਡਾਊਟ। ਖਾਸ ਕਰਕੇ ਜਦੋਂ ਤੁਸੀਂ ਇੱਕ ਤਰ੍ਹਾਂ ਦੇ ਰੋਲ 'ਚ ਕੰਫਰਟੇਬਲ ਹੋ ਜਾਂਦੇ ਹੋ, ਤਾਂ ਉਹ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਤੁਹਾਨੂੰ ਹਟ ਕੇ ਕੁਛ ਕਰਨਾ ਪੈਂਦਾ, ਜਾਂ ਵਿਸ਼ਾ ਅਲੱਗ ਹੋਵੇ ਜਾਂ ਸਿਚੁਏਸ਼ਨ ਅਲੱਗ ਹੋਵੇ, ਤਾਂ ਬੜੀਆਂ ਲੱਤਾਂ ਕੰਬਦੀਆਂ ਨੇ। ਮੈਂ ਤੁਹਾਨੂੰ ਬੜਾ ਸਿੰਪਲ ਇਗਜ਼ੈਂਪਲ ਦਿੰਦਾ ਕਿ ਜਦੋਂ ਤੁਸੀਂ ਹਾਸੇ ਮਜ਼ਾਕ ਦੀਆਂ ਗੱਲਾਂ ਕਰਨੀਆਂ ਨੇ, ਜੋ ਮਰਜ਼ੀ ਬੋਲੀ ਜਾਓ, ਤੁਹਾਨੂੰ ਸਭ ਮਾਫ਼ ਹੈ। ਜਿੱਥੇ ਸੀਰੀਅਸ ਹੈ, ਮੰਨ ਲਓ ਫਿਊਨਰਲ ਦੇ ਉੱਤੇ ਤੁਸੀਂ ਬੋਲਣਾ, ਤੁਸੀਂ ਇੰਟਰ ਕਰ ਰਹੇ ਹੋ ਸਿਰਫ ਆਪਣੀ ਰਿਸਪੈਕਟ ਕੇ ਪੇ ਕਰਨ ਲਈ ਫਿਊਨਰਲ ਦੇ ਉੱਤੇ, ਲੇਕਿਨ ਤੁਹਾਨੂੰ ਇੰਟਰ ਕਰਦਿਆਂ ਇਹ ਹੁਕਮ ਹੋ ਜਾਂਦਾ ਕਿ ਤੁਸੀਂ ਚਾਰ ਲਫ਼ਜ਼ ਬੋਲੋਗੇ, ਤਾਂ ਉਦੋਂ ਹੁਣ ਤੁਸੀਂ ਬੋਲੇ ਨਹੀਂ, ਨੈਚੁਰਲੀ ਹੈ ਕਿ ਸੁਭਾਵਿਕ ਹੈ ਕਿ ਤੁਹਾਨੂੰ ਇੱਕ ਵਾਰੀ ਫਿਰ ਘਬਰਾਹਟ ਜੀ ਹੁੰਦੀ ਹੈ ਕਿ ਮੈਂ ਕੀ ਬੋਲਣਾ, ਕਿਉਂਕਿ ਉਹ ਬੜਾ ਨਾਜ਼ੁਕ ਸਮਾਂ ਹੁੰਦਾ। ਸੋ ਮੈਂ ਕਹਾਂਗਾ ਐਸੇ ਮੌਕੇ ਜਿਹੜੇ ਕਿ ਵਿਸ਼ੇ ਤੋਂ ਅਲੱਗ ਤੁਹਾਨੂੰ ਖੜ੍ਹੇ ਪੈਰੀ ਬੋਲਣਾ ਪੈਂਦਾ, ਉੱਥੇ ਜੇ ਲੱਤਾਂ ਨਹੀਂ ਕੰਬਦੀਆਂ ਤਾਂ ਅੰਦਰੋਂ ਜ਼ਰੂਰ ਬੰਦਾ ਕੰਬ ਰਿਹਾ ਹੁੰਦਾ। ਠੀਕ ਹੈ, ਠੀਕ ਹੈ ਜੀ। ਇੱਕ ਅਸੀਂ ਗੱਲ ਕਰਾਂਗੇ ਐਜ਼ ਏ ਹੋਲਸਮ ਹੋਲਿਸਟਿਕ ਅਪਰੋਚ ਹੈ ਇਹ ਤੁਹਾਡਾ ਜਿਹੜਾ ਸਟੈਪ ਚੁੱਕਿਆ ਹੈ, ਇਸ ਦੇ ਪਿੱਛੇ ਕਮਿਊਨਿਟੀ ਨੂੰ ਸਰਵ ਕਰਨ ਦਾ ਹੈ, ਕੁਝ ਆਪਣੇ ਸੁਪਨੇ ਸਾਕਾਰ ਕਰਨ ਦਾ ਹੈ, ਜੋ ਮੀਡੀਆ ਹੈ ਇਸ ਦੇ ਲਈ ਤੁਸੀਂ ਬੱਚਿਆਂ ਨੂੰ ਕਿਵੇਂ ਤਿਆਰ ਕਰ ਸਕਦੇ ਹੋ? ਕੀ ਜਰਨਲਿਜ਼ਮ ਸਾਡੇ ਬੱਚਿਆਂ ਲਈ ਜ਼ਰੂਰੀ ਹੈ? ਕੀ ਮੀਡੀਆ ਜ਼ਰੂਰੀ ਹੈ? ਕਿਉਂਕਿ ਅਕਸਰਕਾਰ ਜਦੋਂ ਸਾਡੀ ਗੱਲ ਆਉਂਦੀ ਹੈ ਬੱਚੇ ਨੂੰ ਕਾਲਜ ਭੇਜਣ ਦੀ, ਜੀ, ਅਤੇ ਆਮ ਤੌਰ 'ਤੇ ਸੁਣਨ 'ਚ ਆਉਂਦਾ ਹੈ, ਦੇਖਿਆ ਵੀ ਹੈ ਕਿ ਅਸੀਂ ਬੇਟਿਆਂ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ ਔਰ ਬੇਟੀਆਂ ਨੂੰ ਅਸੀਂ ਮੈਡੀਕਲ ਫੀਲਡ ਦੇ ਵਿੱਚ ਡਾਕਟਰ ਜਾਂ ਨਰਸ ਦੇ ਫੀਲਡ ਦੇ ਲਈ ਪੁਸ਼ ਕਰਦੇ ਹਾਂ, ਪਰ ਕੀ ਇਹ ਜ਼ਰੂਰੀ ਹੈ ਪੁਸ਼ ਕਰਨਾ? ਜੋ ਜੇ ਨਹੀਂ ਹੈ ਤਾਂ ਜਰਨਲਿਜ਼ਮ ਕਿਉਂ ਨਹੀਂ, ਕਿਉਂ ਨਹੀਂ ਅਸੀਂ ਜਿਹੜੇ ਸਿੱਖ ਬੱਚੇ ਨੇ ਜਾਂ ਪੰਜਾਬੀ ਬੱਚੇ ਨੇ ਉਹ ਚੰਗੇ ਜਰਨਲਿਸਟ ਕਿਉਂ ਨਹੀਂ ਬਣ ਸਕਦੇ? ਜਦੋਂ ਅਸੀਂ ਤੁਹਾਡੀ ਉਮਰ ਸੀਗੇ ਉਦੋਂ ਇੱਕ ਤਾਂ ਓਪਰਚੁਨਿਟੀ ਬਹੁਤ ਘੱਟ ਸੀ, ਜਰਨਲਿਜ਼ਮ ਨੂੰ ਸਿਰਫ ਪ੍ਰਿੰਟ ਮੀਡੀਆ ਲੈ ਕੇ ਮੰਨਿਆ ਜਾਂਦਾ ਸੀਗਾ ਕਿ ਤੁਸੀਂ ਅਗਰ ਜਰਨਲਿਸਟ ਬਣੋਗੇ ਤਾਂ ਤੁਸੀਂ ਕਿਤੇ ਨਾ ਕਿਤੇ ਖਬਰਾਂ ਅਖਬਾਰ 'ਚ ਛਪਾਓਗੇ ਜਾਂ ਆਪਣੇ ਲੇਖ ਛਪਾਓਗੇ। ਲੇਕਿਨ ਅੱਜ ਵਿਦ ਮਾਡਰਨ ਟੈਕਨੋਲੋਜੀ ਇਹ ਜਿਹੜਾ ਖੇਤਰ ਹੈ ਆਪਣੇ ਆਪ 'ਚ ਇੰਨਾ ਫੈਲ ਚੁੱਕਾ ਔਰ ਇਹਦੀ ਇੰਪੋਰਟੈਂਸ ਇੰਨੀ ਵੱਧ ਚੁੱਕੀ ਹੈ। ਲਾਈਫ ਇਜ਼ ਸੋ ਫਾਸਟ, ਇਨਫੋਰਮੇਸ਼ਨ ਇਜ਼ ਨੀਡਿਡ ਐਟ ਐਵਰੀ ਸੈਕਿੰਡ ਐਵਰੀ ਮਿੰਟ, ਅਤੇ ਉਹਦੇ 'ਚ ਮੈਂ ਕਹਿੰਦਾ ਕਿ ਹਰ ਇੱਕ ਕਮਿਊਨਿਟੀ ਨੂੰ ਆਪਣੀ ਫੁਟਿੰਗ ਚਾਹੀਦੀ ਹੈ ਤਾਂ ਜੋ ਆਪਣੇ ਬਾਰੇ ਉਹ ਦੂਜੇ ਲੋਕਾਂ ਪ੍ਰਤੀ ਆਪਣੀ ਸੋਚ, ਆਪਣੇ ਵਿਚਾਰ, ਆਪਣੀਆਂ ਜ਼ਰੂਰਤਾਂ, ਆਪਣੀਆਂ ਕੁਆਲਿਟੀਜ਼ ਨੂੰ ਸ਼ੇਅਰ ਕਰ ਸਕੇ। ਤੁਸੀਂ ਗੱਲ ਕੀਤੀ ਹੈ ਬੱਚਿਆਂ ਤੱਕ, ਉਦੋਂ ਸਿਰਫ ਇਹ ਸੀ ਕਿ ਬੱਚੇ ਦੇ ਜਿਹੜੇ ਆਪਣੀ ਫੀਲਿੰਗ ਸੀ ਉਹਨੂੰ ਨਹੀਂ ਸੀ ਪੁੱਛਿਆ ਜਾਂਦਾ, ਹਾਂਜੀ, ਔਰ ਸਕੂਲ ਦੇ ਵਿੱਚ ਬੱਚਿਆਂ ਨੂੰ ਟ੍ਰੇਨ ਨਹੀਂ ਸੀ ਕੀਤਾ ਜਾਂਦਾ। ਅੱਜ ਸਕੂਲ ਦੇ ਵਿੱਚ ਬੱਚਿਆਂ ਨੂੰ ਇਹ ਦਿਖਾਇਆ ਜਾਂਦਾ ਕਿ ਤੁਹਾਡੇ ਕੋਲ ਬੜੇ ਜਿਹੜੇ ਨੇ ਖੇਤਰ ਨੇ ਜਿਹਦੇ ਤੁਸੀਂ ਜਾ ਸਕਦੇ ਹੋ। ਅੱਜ ਸਮਾਂ ਇਹ ਕਹਿੰਦਾ ਕਿ ਬੱਚਿਆਂ ਨੂੰ ਉਸ ਖੇਤਰ 'ਚ ਪਾਇਆ ਜਾਵੇ ਜਿਹਦੇ 'ਚ ਉਹਨਾਂ ਦਾ ਪੈਸ਼ਨ ਹੈ, ਜਿਹਨਾਂ 'ਚ ਉਹਨਾਂ ਦਾ ਇੰਟਰਸਟ ਹੈ, ਤਾਂ ਜੋ ਉਹ ਪੈਸੇ ਕਮਾਉਂਦੇ ਕਮਾਉਂਦੇ ਆਪਣੀ ਜ਼ਿੰਦਗੀ ਵੀ ਜੀ ਸਕਣ, ਨਾ ਕਿ ਇੱਕ ਮਸ਼ੀਨ ਬਣ ਸਕਣ। ਸੋ ਮੈਂ ਸਮਝਦਾ ਕਿ ਅੱਜ ਮੀਡੀਆ ਦੇ ਵਿੱਚ ਸਾਡੇ ਬੱਚਿਆਂ ਨੂੰ ਆਉਣਾ ਚਾਹੀਦਾ ਔਰ ਤੁਹਾਡਾ ਮਾਈ ਟੀ ਵੀ ਤੋਂ ਆਪਣਾ ਸ਼ੋਅ ਲੈ ਕੇ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਜੋ ਟੀਚਾ ਸੀਗਾ, ਜੋ ਅਸੀਂ ਇੱਕ ਕੰਮ ਆਰੰਭਿਆ ਸੀ, ਅੱਜ ਉਹਦੇ 'ਚ ਪਹਿਲੀ ਸਾਡੀ ਜਿੱਤ ਜਾਂ ਪਹਿਲੀ ਕਾਮਯਾਬੀ ਸਾਨੂੰ ਮਿਲੀ ਹੈ ਤੁਹਾਡੇ ਜ਼ਰੀਆ। ਸੋ ਤੁਸੀਂ ਵਧਾਈ ਦੇ ਪਾਤਰ ਔਰ ਵਿਊਜ਼ ਵਧਾਈ ਦੇ ਪਾਤਰ ਨੇ। ਮਿਹਰਬਾਨੀ ਜੀ। ਕਿਉਂਕਿ ਜਦੋਂ ਮੇਜਰ ਬੱਚੇ ਨੇ ਸਿਲੈਕਟ ਕਰਨਾ ਹੁੰਦਾ ਹੈ ਅਤੇ ਕਾਲਜਿਸ ਦੇ ਵਿੱਚ ਉਹ ਮਾਂ ਪਿਓ ਵੀ ਪੂਰਾ ਜ਼ੋਰ ਲਾਉਂਦੇ ਨੇ ਕਿ ਜੀ ਦੱਸੋ ਜੀ ਗਾਈਡ ਕਰੋ ਜਿਹੜੇ ਉਸ ਫੀਲਡ ਦੇ ਵਿੱਚ ਹੁੰਦੇ ਨੇ, ਤੁਸੀਂ ਇਹਨਾਂ ਨੂੰ ਦੱਸੋ ਕਿਹੜੇ ਫੀਲਡ ਦੇ ਵਿੱਚ ਜਾਣ, ਕੀ ਸਬਜੈਕਟ ਚੂਜ਼ ਕਰਨ, ਕਿਹਦੇ ਵਿੱਚ ਪੈਸਾ ਜ਼ਿਆਦਾ ਹੈ। ਪੈਸਾ ਜ਼ਿਆਦਾ, ਜਿਹੜਾ ਕੁਐਸਚਨ ਬਾਰ ਬਾਰ ਦੁਹਰਾਇਆ ਜਾਂਦਾ ਹੈ ਉਹ ਹੈ ਜੀ ਚੰਗਾ ਫੀਲਡ ਦੱਸੋ ਜਿੱਥੇ ਚਾਰ ਪੈਸੇ ਬਣ ਜਾਣ। ਕੀ ਅਸੀਂ ਆਪਣੇ ਬੱਚੇ ਨੂੰ ਡਿਗਰੀ ਇਸੇ ਕਰਕੇ ਲੈ ਕੇ ਦੇ ਰਹੇ ਹਾਂ ਜਾਂ ਉਹ ਬੱਚਾ ਆਪਣੀ ਐਜੂਕੇਸ਼ਨ ਇਸ ਕਰਕੇ ਸਿਰਫ ਲੈ ਰਿਹਾ ਹੈ ਕਿ ਇੱਕ ਨੌਕਰੀ ਲੈਣੀ ਹੈ? ਸਿਰਫ ਉਹ ਪੈਸੇ ਤੱਕ ਹੀ ਸੀਮਤ ਹੈ ਜਾਂ ਆਪਣੇ ਆਪ ਨੂੰ ਚੰਗੇ ਇਨਸਾਨ ਬਣਾਉਣ ਲਈ ਉਹ ਡਿਗਰੀ ਲਈ ਜਾ ਰਹੀ ਹੈ? ਸਮੇਂ ਦੀ ਲੋੜ ਸੀ ਕਿ ਅਸੀਂ ਆਪਣੀ ਸੋਚ ਨੂੰ ਬਦਲੀਏ ਔਰ ਮੈਨੂੰ ਬੜੇ ਫਖਰ ਨਾਲ ਹੈ ਕਿ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਹਾਈ ਪਰਸੈਂਟੇਜ ਇਸ ਸੋਚ ਦੇ ਧਾਰਨੀ ਹੋ ਗਏ ਨੇ ਕਿ ਐਟਲੀਸਟ ਅਸੀਂ ਬੱਚਿਆਂ ਨੂੰ ਦੇਖੀਏ ਕਿ ਉਹ ਕੀ ਚਾਹੁੰਦੇ ਨੇ, ਕਿਹੜੇ ਫੀਲਡ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ, ਉਹਨਾਂ ਨੂੰ ਇਨਕਰੇਜ ਕੀਤਾ ਜਾਵੇ ਔਰ
मीडिया होवे जां कोई भी फील्ड होवे, लेकिन आई थिंक इट इज़ वेरी इंपॉर्टेंट कि वी फाइंड आउट व्हाट आवर किड्स वांट, ता जो बच्चे दे नाल लेटर ऑन थोड़ी जिहड़ी अपनी रिलेशनशिप है ना उहदे च कोई मतलब डिफरेंसिस ना आउण, कोई तकरारबाजी ना आवे कि मैं बहाना कुछ चाहुंदा सी पर तुसीं मैनूं किहड़े फील्ड ते लाता। अज बच्चों का राइट है और इस राइट की जी प्रोड़ता करनी बनती है थोड़ी भी और मेरी भी कि जो बच्चे चाहते हैं सामने लेना चाहिए और वो एक मीडिया जोड़ा है बहुत बड़ा फील्ड है, इट इज़ वन ऑफ द फील्ड्स। बिल्कुल असी शो माई लाइफ में लैके अगे बढ़ते हैं पर अज पलेठा शो है, असी जर्नलिज्म की गल करांगे, कॉन्टेंट की गल करांगे, वो सब तो पहला एक छोटा जिहा ब्रेक लईए। ब्रेक तो बाद माई शो माई लाइफ के सब का स्वागत है और असी शो नू अगे लैके वधदे आ। गल हो रही सी कि जर्नलिज्म की, गल हो रही सी करीयर्स की, गल हो रही है एजुकेशन की, कम्यूनिटी की, यूथ की। तुसी मैनू ये दसो कि जदों भी तुसी कोई नवी चीज़ पेशकश करते हो, नवा शो लैके आते हो, उस दे विच तुहानू क्वेश्चन पूछा जाता है कि वट इज़ न्यू दैट यू आर ब्रिंगिंग, की ऐसा कॉन्टेंट है जिहड़ा तुसी लैके आउंदे हो। पवन जी, व्यूअर्स का समा बहुत कीमती है और तुसी जिहड़ा इस क्वेश्चन आंसर करन तों पहला मैं थोड़ा पिछे चलना, जिहड़ा तुसी पहला सवाल पुछिया सी कि वाई आई डिसाइडेड टू डू इट। हरेक इंसान च क्वालिटीज़ हुंदियां ने कि वो अपने विचार नूं, अपने प्रोडक्ट नूं, अपने कंटेंट नूं किस बणतर दे विच पेश करदा है, की ओह व्यूअर्स नूं जां लिसनर्स नूं अपने वल खिंचदा, अपने नाल जोड़दा कि नहीं जोड़दा। सो आई थिंक जिहड़ी पहली वैल्यू है वो ये है कि थोड़ा व्यूज़ दे नाल रिश्ता की है, ता जो थानू हर हफ्ते वो सुनते रहन, ये बहुत जरूरी है। सैकेंड इज वो ये ता जरूरी बनेगा जे थोड़े को कंटेंट जरूरी है, तुसीं गल किहड़े विशे ते गल करनी चाहुंदे हो। तुसीं देखोगे कि माई टी वी पंजाब दी राजनीति बारे बहुत घट गल करदा, क्योंकि असीं पंजाब तो चल के इस देश नूं अपनाया, असीं अमरीका अपनाया और अमरीका च वाशिंगटन डीसी दुनिया की राजधानी असीं बैठे हाँ। इत्थों असीं होर बहुत कुछ कर सकते हैं क्योंकि साडे भैण भरा अपने अपने चैनल, अपने प्रोग्राम, अपने रेडियो राही पंजाब नूं कवर कर रहे हैं। तो मैं समझदा अगर पैंदे रौले दे विच, लफ्ज़ मैं रौला वरत्या, मैं बाद च एक्सप्लेन करदा मैं क्यों वरत्या, पैंदे रौले च मेरा रौला पाउणा उहदा कोई फायदा नहीं है। हाँ जी, क्योंकि जिन्नी भी आवाज़ उठ रही है उन्हां दे दिल की दर्द उठ रही है, पर ओहो साडे पिछे पंजाब दे जिहड़े पॉलिटिशियन ने उन्हां दे कन्नां दे विच सिर्फ रौला बन के रह जांदी है, चेंजेस ते कोई आउंदियां नहीं। हाँ जी, सो अगर असीं ओही कुछ करना कि साडे समय दा, साडे पैसे दा, साडे कोई वैल्यू ना पवे, तां क्यों ना असीं कुछ ऐसा करिए जिहड़ा कि कोई लाभदायक होवे। सो आपां इत्थे बैठे हैं, इत्थे लोड़ है सानूं पोलिटिकल फ्रंट की, साड़ी आइडेंटिटी की, साड़ियाँ अपनियाँ प्रॉब्लम्स ने, यूथ साडे नाल जुड़दा, गुरद्वारे नाल जुड़दा, साडे धर्म नाल जुड़दा, सब तो बागी हुंदा, उन्हूं किवें जोड़ना, पंजाबी मां बोली नाल किवें जोड़ना, कल्चर नूं किवें अपने नाल सभ्यत रखना। सो देयर इज सो मच दैट वी कैन कवर थ्रू दिस। सो इस करके कंटेंट बहुत जरूरी है। सो मैं इस करके थानू अगर दो पैसे की कोई एडवाइस दे सकदा तो यह है कि मेक श्योर कि थोड़ा जिहड़ा कंटेंट है दैट इज़ वेरी अपीलिंग एंड दैट इज़ द नीड ऑफ द आवर। ये जरूरी है, ये तुसी जो भी कंटेंट लैके आओगे अपने शो ते, और मैं थानू भी नहीं थोड़े प्रोग्राम राही अज कह दिना, एक बार फिर अपील कर दिना कि तुसी साड़ी अपील नू मन्निया, स्वीकार किया, पहुँचे। जिन्ना भी यूथ है, साड़ियाँ बेटियां ने, साड़े बच्चे ने, जिहड़े इस फील्ड दे विच आके अगे वधना चाहुंदे ने, एंड दे वॉन्ट गेट सम एक्सपीरियंस, दे आर वेलकम टू जॉइन अस, देयर इज सो मच दे कैन टॉक एंड डू फॉर द कम्यूनिटी। ठीक है जी, कॉन्टेंट की गल नू मद्देनजर रखते मैं भी एक जो गल है अपने व्यूअर्स के नाल शेयर करनी चाहवागा, वो ये कि जो मैं टी वी शो करन दा इरादा बनाया, मेरे मन दे विच ये विचार सीगी कि असी ऐसे टॉपिक टच करने हैं जिहड़े आम अजे तक टच नहीं किए जाते। जिवें कि मैं व्यूअर्स नूं भी दसना चाहवागा कि जिहड़ा पहला दूसरा शो होएगा अज पहले शो तो बाद, वो साडा टॉपिक होएगा मैंटल हैल्थ ते।
ਸਾਡੇ ਜਿਹੜੇ ਬੱਚੇ ਸਾਈਕੋਲੋਜੀ ਦੇ ਵਿੱਚ ਮੇਜਰ ਕਰ ਰਹੇ ਨੇ ਜਾਂ ਜਿਹੜੇ ਸਾਡੇ ਕਾਉਂਟੀ ਵੱਲੋਂ ਰੀਸੋਰਸਿਸ ਅਵੇਲੇਬਲ ਹੈ ਨੇ, ਕਿਉਂਕਿ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਜੀ ਅਸੀਂ ਫਲਾਨੇ ਦਾ ਪਤਾ ਕਰਨ ਚੱਲੇ ਹਾਂ, ਉਹ ਢਿੱਲਾ ਸੀ। ਜਦੋਂ ਅਸੀਂ ਉਹ ਗੱਲ ਕਰਦੇ ਹਾਂ ਅਸੀਂ ਸਿਰਫ ਅਤੇ ਸਿਰਫ ਜੋ ਤਨ ਦੇ ਰੋਗ ਨੇ ਉਹਨਾਂ ਤੱਕ ਸੀਮਿਤ ਰਹਿ ਜਾਂਦੇ ਹਾਂ, ਪਰ ਬੜੀ ਵਾਰੀ ਦੇਖ ਕਹਿੰਦੇ ਹਾਂ ਜੀ ਵੇਖਣ ਨੂੰ ਤਾਂ ਚੰਗਾ ਭਲਾ ਇਹਨੂੰ ਕੀ ਹੋਇਆ, ਕਿਉਂਕਿ ਜਿਹੜੇ ਮੈਂਟਲ ਇਸ਼ੂਜ਼ ਨੇ ਉਹਨਾਂ ਦੀ ਅਸੀਂ ਗੱਲ ਨਹੀਂ ਕਰਦੇ। ਔਰ ਮੈਂਟਲ ਇਸ਼ੂਜ਼ ਮੇਰੇ ਖਿਆਲ ਨਾਲ ਤਨ ਦੇ ਜਿਹੜੇ ਫਿਜ਼ੀਕਲ ਰੋਗ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਨੇ। ਵੈਰੀ, ਔਰ ਕਿਉਂਕਿ ਲੁਕੇ ਹੋਏ ਨੇ। ਬਿਲਕੁਲ, ਮੈਨੂੰ ਪੰਜਾਬੀ ਦੀਆਂ ਦੋ ਲਾਈਨਾਂ ਇੱਕ ਵਾਰੀ ਵੈਸੇ ਹੀ ਦਿਮਾਗ 'ਚ ਆ ਗਈਆਂ, ਫੱਟ ਵੀ ਨਾ ਦਿਸੇ ਕੋਈ ਰੱਤ ਵੀ ਨਹੀਂ ਵਗਦਾ, ਪਰ ਚਿਹਰੇ ਦੇ ਪਾਪ ਤੋਂ ਸਾਫ਼ ਪਤਾ ਲੱਗਦਾ ਮੈਂ ਦੁਖੀ ਕਿੰਨਾ ਦੁੱਖ ਕਿੰਨਾ। ਸੋ ਉਹ ਜਿਹੜੇ ਜਦੋਂ ਤੱਕ ਜ਼ਖਮ ਨਹੀਂ ਨਜ਼ਰ ਆਉਂਦੇ, ਜਦੋਂ ਤੱਕ ਸਾਨੂੰ ਕੋਈ ਖੂਨ ਨਜ਼ਰ ਨਹੀਂ ਆਉਂਦਾ ਅਸੀਂ ਕਹਿੰਦੇ ਬੰਦੇ 'ਚ ਦੁਖੀ ਹੈ ਨਹੀਂ, ਕੋਈ ਰੋਗ ਹੀ ਹੈ ਨਹੀਂ। ਬਿਲਕੁਲ। ਸੋ ਰੋਗ ਜਿਵੇਂ ਤੁਸੀਂ ਵੈਰੀ, ਮੈਂ ਅਪਲੋਡ ਕਰਦਾ ਤੁਹਾਡੇ ਇਸ ਵਿਸ਼ੇ ਨੂੰ ਕਿ ਵੀ ਨੀਡ ਟੂ ਡਿਸਕਸ ਇਟ। ਮੈਨੂੰ ਚੇਤਾ ਜਦੋਂ ਮੇਰਾ ਬੇਟਾ ਸੀ ਛੋਟਾ, ਹੀ ਵਾਜ਼ ਵੈਰੀ ਹਾਈਪਰ। ਹਾਂਜੀ, ਗੱਲ 'ਚੋਂ ਗੱਲ ਲੱਗੀ ਆ ਗਈ, ਹਾਈਪਰ ਸੀਗਾ, ਇਟ ਵਾਜ਼ ਐਡਵਾਈਜ਼ ਬਾਏ ਦ ਟੀਚਰ ਕਿ ਉਹਨੂੰ ਮੈਡੀਕੇਸ਼ਨ 'ਤੇ ਪਾਇਆ ਜਾਵੇ। ਅੱਛਾ ਜੀ। ਬਟ ਜਦੋਂ ਡਾਕਟਰ ਦੇ ਲੈ ਕੇ ਗਏ ਤਾਂ ਡਾਕਟਰ ਨੇ ਕਿਹਾ ਵੀ ਚੋਇਸਿਸ ਦੋ ਨੇ, ਮੈਂ ਮੈਡੀਸਨ 'ਤੇ ਵੀ ਪਾ ਸਕਦਾ ਅਤੇ ਮੈਂ ਵੀ ਕਹਿ ਸਕਦਾ ਕਿ ਇਹਨੂੰ ਕਿਸੇ ਐਸੀ ਐਕਟੀਵਿਟੀ ਦੇ ਵਿੱਚ ਪਾਓ ਕਿ ਜਿਹਦੇ 'ਚ ਇਹਦੀ ਐਨਰਜੀ ਜਿਹੜੀ ਹੈ ਬਰਨ ਆਊਟ ਹੋਵੇ ਅਤੇ ਰਾਤ ਨੂੰ ਸੌਂ ਸਕੇ। ਸੋ ਵੀ ਡਿਸਾਈਡਡ ਟੂ ਪੁੱਟ ਹਿਮ ਇਨ ਸੋਕਰ। ਠੀਕ ਹੈ। ਐਂਡ ਯੂ ਨੋ ਹਿਮ ਐਂਡ ਟਰਨਡ ਆਊਟ ਟੂ ਬੀ ਅ ਸਵੀਟ ਬੋਏ। ਸੋ ਐਸੇ ਜਿਹੜਾ ਟੋਪਿਕ ਹੈ ਤੁਹਾਡਾ ਬਹੁਤ ਵਧੀਆ ਟੋਪਿਕ, ਆਈ ਐਮ ਸ਼ੋਰ ਇਹੋ ਜਿਹੇ ਤੁਸੀਂ ਹੋਰ ਵੀ ਟੋਪਿਕ ਲੈ ਕੇ ਆਓਗੇ। ਮੈਂ ਉਹੀ ਗੱਲ ਫੇਰ ਕਰਾਂ, ਕੰਟੈਂਟ, ਵਾਈ ਸ਼ੁੱਡ ਅ ਵੀਰ ਜੁਆਇਨ ਯੂ? ਅ ਵਿਊਅਰ ਵਿਲ ਓਨਲੀ ਜੁਆਇਨ ਯੂ ਇਫ ਯੂ ਫੁਲਫਿਲ ਦੇਅਰ ਨੀਡ। ਠੀਕ ਹੈ ਜੀ, ਇੰਨੀਆਂ ਕੁ ਗੱਲਾਂ ਕਰਦੇ ਹੋਏ ਅੱਜ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਜਿੱਥੇ ਇਹ ਸਾਡਾ ਪਲੇਠਾ ਸ਼ੋ ਸੀਗਾ, ਔਰ ਮਾਣ ਆਸ ਹੈ ਕਿ ਤੁਸੀਂ ਸਾਨੂੰ ਮਾਣ ਬਖਸ਼ੋਗੇ, ਪਿਆਰ ਦਿਓਗੇ, ਔਰ ਉਹਦੇ ਨਾਲ ਹੀ ਮੈਂ ਤੁਹਾਨੂੰ ਵੀ ਵਧਾਈ ਦੇ ਪਾਤਰ ਕਹਿੰਦਾ ਹੈ ਕਿ ਜੋ ਤੁਹਾਡਾ ਸੁਪਨਾ ਸੀਗਾ ਉਹ ਸਾਕਾਰ ਹੋ ਰਿਹਾ ਹੈ, ਉਹ ਅਗਲੀਆਂ ਸਟੇਜਸ 'ਤੇ ਜਾ ਰਿਹਾ ਹੈ, ਬੁਲੰਦੀਆਂ 'ਚ ਹੈ। ਅਤੇ ਸੰਗਤਾਂ ਨੂੰ ਇੱਕ ਵਾਰੀ ਲਾਸਟ ਤੁਸੀਂ ਕੀ ਦੋ ਸ਼ਬਦ ਕਹਿਣੇ ਚਾਹੋ? ਮੈਂ ਪਵਨ ਜੀ ਤੁਹਾਤੋਂ ਸ਼ੁਰੂ ਕਰਦਾ, ਫਿਰ ਵਿਊਜ਼ ਨਾਲ ਗੱਲ ਕਰਦਾ ਕਿ ਤੁਸੀਂ ਸਾਡੇ ਨਾਲ ਜੁਆਇਨ ਕੀਤਾ। ਹਾਂਜੀ, ਇਹਦਾ ਨਾਂ ਹੀ ਆਪਾਂ ਰੱਖਿਆ ਮਾਈ ਟੀ ਵੀ। ਸੋ ਇਟਸ ਯੂਅਰ ਟੀ ਵੀ, ਇਟਸ ਵਿਊਜ਼ ਟੀ ਵੀ। ਮੇਰਾ ਸਿਰਫ ਉਪਰਾਲਾ ਹੈ ਇਹ ਪਲੇਟਫਾਰਮ ਪ੍ਰੋਵਾਈਡ ਕਰਨ ਦਾ। ਤੁਹਾਨੂੰ ਪਤਾ ਕਿ ਆਪਣਾ ਸਟੂਡੀਓ ਤਿਆਰ ਹੋ ਚੁੱਕਾ ਹੈ। ਬਿਲਕੁਲ, ਵੀ ਆਰ ਰੈਡੀ ਟੂ ਰੋਲ, ਵੀ ਆਰ ਰੈਡੀ ਟੂ ਗੋ। ਔਰ ਜਿਵੇਂ ਤੁਸੀਂ ਆਏ ਵਾਧਾ ਹੋ ਰਿਹਾ, ਇਸੇ ਤਰ੍ਹਾਂ ਹੋਰ ਸਾਨੂੰ ਜੁਆਇਨ ਕਰ ਰਹੇ ਨੇ। ਠੀਕ ਹੈ, ਆਉਣ ਵਾਲੇ ਚੰਦ ਦਿਨਾਂ ਦੇ ਵਿੱਚ, ਚੰਦ ਹਫ਼ਤਿਆਂ 'ਚ ਆਪਾਂ ਹੋਰ ਜਿਹੜੇ ਆਪਣੇ ਐਂਕਰਸ ਨੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ। ਠੀਕ, ਉਹਨਾਂ ਨੂੰ ਵੀ ਰੂਬਰੂ ਕਰਾਂਗੇ, ਜਿਹੜੇ ਪ੍ਰੋਗਰਾਮ ਸਾਡੇ ਅੱਗੇ ਵਧਣੇ ਉਹ ਸ਼ੇਅਰ ਕਰਦੇ ਰਹਾਂਗੇ। ਕਾਹਲੀ 'ਚ ਨਹੀਂ, ਰੇਸ ਨਹੀਂ ਆਪਣੀ ਕਿਸੇ ਨਾਲ, ਰੇਸ ਨਹੀਂ। ਠੀਕ, ਆਪਾਂ ਸਹਿਜੇ ਸਹਿਜੇ ਕੱਛੂ ਕੰਮੇ ਵਾਲੀ ਚਾਲ ਚੱਲਣਾ, ਪਰ ਖੀਚ ਜਿੱਤ ਹਾਸਲ ਕਰਨੀ ਹੈ। ਸੋ ਤੁਸੀਂ ਕੁਆਲਿਟੀ 'ਤੇ ਫੋਕਸ ਕਰ ਰਹੇ ਹੋ, ਕੁਆਂਟਿਟੀ 'ਤੇ ਨਹੀਂ। ਐਗਜੈਕਟਲੀ, ਔਰ ਮੈਂ ਤੁਹਾਨੂੰ ਵਾਅਦਾ ਕਰਨਾ ਕਿ ਬਹੁਤ ਜਲਦੀ ਤੁਸੀਂ, ਅਗਰ ਪਰਮਾਤਮਾ ਨੇ ਚਾਹਿਆ, ਅੱਲਾਹ ਤਾਲਾ ਬਾਇਕ ਨੇ ਚਾਹਿਆ, ਤਾਂ ਪਹਿਲਾ ਸਰਦਾਰ ਬੰਦਾ ਜਿਹੜਾ ਤੁਸੀਂ ਉਹ ਲਾਈਵ ਇੰਟਰਵਿਊਜ਼, ਲਾਈਵ ਕੁਐਸਚਨ ਪੁੱਛਦਾ ਸਾਡੇ ਸੈਨੇਟਰਸ ਨੂੰ, ਸਾਡੇ ਹਾਊਸ ਆਫ ਰੈਪ੍ਰਜੈਂਟੇਟਿਵ ਨੂੰ, ਕੈਪੀਟਲ ਬਿਲਡਿੰਗ ਦੇ ਉੱਤੇ ਤੁਸੀਂ ਦੇਖੋਗੇ ਬਹੁਤ ਜਲਦੀ। ਕੀ ਬਾਤ, ਇਹ ਮਾਈ ਟੀ ਵੀ ਦਾ ਉਪਰਾਲਾ ਹੈ ਕਿ ਪਹਿਲਾ ਸਰਦਾਰ ਜਿਹੜਾ ਸਾਡਾ ਬੱਚਾ ਉਹ ਉੱਥੋਂ ਇਹ ਕਾਰਜ ਕਰੇ, ਤਾਂ ਜੋ ਦੁਨੀਆ ਨੂੰ ਇਹ ਪਤਾ ਲੱਗੇ ਕਿ ਦਿਸ ਇਜ਼ ਵਾਈ ਵੀ ਸਟਾਰਟਡ ਇਟ। ਇਟ ਨੋਟ ਓਨਲੀ ਹੈਲਪਸ ਆਰ ਆਈਡੈਂਟੀ, ਇਟ ਹੈਲਪਸ ਆਲ ਓਵਰ ਬੱਚਿਆਂ ਦਾ ਜਿਹੜਾ ਉਤਸ਼ਾਹ ਆ। ਇਹ ਵਿਊਜ਼ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ, ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਪਵਨ ਨੂੰ, ਪਵਨ ਵਰਕੇ ਜਿਹੜੇ ਜਿਹੜੇ ਹੋਰ ਐਂਕਰ ਆਉਣਗੇ, ਮੈਨੂੰ ਵੀ ਤੁਹਾਡੇ ਪਿਆਰ ਸਤਿਕਾਰ ਦੀ ਲੋੜ ਆ, ਤੁਸੀਂ ਮੈਨੂੰ ਦਿੰਦੇ ਰਹਿੰਦੇ। ਥੈਂਕ ਯੂ ਵੈਰੀ ਮੱਚ, ਤੁਹਾਡੇ ਹੌਸਲੇ ਨਾਲ ਅਸੀਂ ਇਹ ਉਪਰਾਲਾ ਕੀਤਾ। ਸਰਦਾਰ ਕੁਲਦੀਪ ਸਿੰਘ ਗਿੱਲ ਅਤੇ ਮੈਂ ਤੁਹਾਡਾ ਆਗਿਆਪਾਲ ਸਿੰਘ ਬਾਠ, ਅਸੀਂ ਤੁਹਾਡੇ ਸੇਵਾਦਾਰ ਹੈ, ਔਰ ਇਹ ਪ੍ਰਣ ਕਰਦੇ ਹਾਂ ਕਿ ਅਖੀਰਲੇ ਸਵਾਸਾਂ ਤੱਕ ਅਸੀਂ ਤੁਹਾਡੇ ਸਾਰਿਆਂ ਦੇ ਸੇਵਾਦਾਰ ਬਣ ਕੇ ਨਿਭਾਂਗੇ, ਔਰ ਕੋਸ਼ਿਸ਼ ਕਰਦੇ ਰਹਾਂਗੇ ਸਾਡਾ ਯੂਥ ਸਾਡੇ ਨਾਲ ਜੁੜ ਕੇ, ਦੈਟ ਦੇ ਟੇਕ ਓਵਰ, ਦੇ ਫੁੱਲ ਦੇ ਫਿਲ ਆਰ ਸ਼ੂਜ਼ ਐਂਡ 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 ਗੋ ਫਰੋਮ ਦੇਅਰ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਅਤੇ ਸਰਦਾਰ ਪਵਨ ਸਿੰਘ ਵੱਲੋਂ। ਪਲੀਜ਼ ਕੀਪ ਵਾਚਿੰਗ ਇਸ ਸ਼ੋਅ ਵਿਚ ਇਜ਼ ਮਾਈ ਸ਼ੋਅ ਮਾਈ ਲਾਈਫ। ਕਿਆ ਬਾਤ ਹੈ ਜੀ, ਦੀਦ ਦਿੰਦੇ ਹਾਂ ਤੁਹਾਡੇ ਇਹਨਾਂ ਜਜ਼ਬਾਤਾਂ ਦੇ, ਔਰ ਵਾਹਿਗੁਰੂ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਦੇਸ਼ ਕੌਮ ਦੀ ਸੇਵਾ ਇੰਝ ਹੀ ਲੈਂਦੇ ਰਹਿਣ। ਇਸ ਦੇ ਨਾਲ ਵਿਊਅਰਸ ਤੋਂ ਇਜਾਜ਼ਤ ਲੈਂਦੇ ਹਾਂ, ਸੰਗਤਾਂ ਨੂੰ ਇੱਕ ਵਾਰੀ ਫਿਰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।